ਬੱਚੇ ਦੇ ਮਾਪਿਓ ਕਾਫੀ ਪਰੇਸ਼ਾਨ ਹੈ ਕਿ ਉਹਦੇ ਜਾਗਤਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਕਰੋਨਾ ਮਹਾਮਾਰੀ ਦੇ ਦੌਰਾਨ ਕਾਫੀ ਪ੍ਰਭਾਵਿਤ ਹੋਈ ਹੈ ਔਰ ਖਾਸ ਤੌਰ ਉਪਰ ਜਿਹੜੀਆਂ ਨਿੱਕੀਆਂ ਜਮਾਤਾਂ 'ਚ ਜਿਹੜੇ ਨਿਆਣੇ ਪੜ੍ਹਦੇ ਹੈ ਉਹਦੇ ਮਾਪਿਓ ਜਿਹੜੇ ਉਹ ਮਤੇਗਾ ਪਰੇਸ਼ਾਨ ਹੈ ਕਿ ਕਿ ਤੁਸੀਂ ਦੇਖਿਆਗਾ ਹੋਣਾ ਹੈ ਕਿ ਜਿਲ੍ਹਾ ਕਰੋਨਾ ਮਹਾਮਾਰੀ ਦਾ ਪ੍ਰਕੋਪ ਜਿਹੜਾ ਜਾਰੀ ਹੈ ਅਜੇ ਵੀ ਉਹਦੀ ਜਿਹੜੀ ਸ਼ਾਹ ਹੈ ਉਹ ਲੋਕਾਂ ਦੇ ਸਿਰਾ ਪਰ ਮੰਡਰਾ ਕਰਦੀ ਹੈ ਪਰ ਉਸ ਵੇਲੇ ਜਿੰਨੇ ਵੀ ਮਤਿਹਾਨ ਬੱਚੇ ਦੇ ਹੋਏ ਨੇ ਉਹ ਆਨਲਾਈਨ ਹੋਏ ਨੇ ਜਿੰਨੀ ਵੀ ਪੜ੍ਹਾਈ ਹੋਈ ਹੈ ਉਹ ਆਨਲਾਈਨ ਹੋਈ ਹੈ ਤੇ ਤੁਸੀਂ ਆਪ ਨੂੰ ਚੰਗੀ ਚਾਲੀ ਜਾਣੀ ਸਕਦੇ ਹੋ ਕਿ ਆਨਲਾਈਨ ਜਿਹੜੀ ਪੜ੍ਹਾਈ ਹੈ ਉਹ ਕਿੰਨੀ ਹੋਈ ਔਰ ਕਿੰਨਾ ਜਿਹੜਾ ਅਖਰ ਗਿਆਨ ਹਾ ਉਹ ਨਿੱਕੀਆਂ ਕਲਾਸ ਦੇ ਬੱਚੇ ਗ੍ਰਹਿਣ ਕੀਤਾ ਔਰ ਇਸ ਕੀ ਦਿਖਦੇ ਹੋਈ ਗਿਆ ਬੱਚੇ ਦੇ ਮਾਪੇ ਉਹਦੀ ਪਰੇਸ਼ਾਨੀ ਕੀ ਦਿਖਦੀ ਹੋਈ ਔਰ ਬੱਚੇ ਦੀ ਪੜ੍ਹਾਈ ਜਿਹੜੀ ਪ੍ਰਭਾਵਿਤ ਹੋਈ ਹੈ ਉਸ ਦੀ ਦਿਖਦੀ ਹੋਈ ਸਿੱਖਿਆ ਜਿਹੜਾ ਮਹਿਕਮਾ ਹੈ ਉਸ ਦੇ ਜਿਹੜੇ ਪ੍ਰਮੁੱਖ ਸਚਿਵ ਨਵਿਕੇ ਸਿੰਘ ਔਰ ਉਹਨੇ ਇੱਕ ਆਦੇਸ਼ ਜਾਰੀ ਕਰਦੀ ਹੋਈ ਬ੍ਰਿਜ ਕੋਰਸ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਹੈ ਔਰ ਇਹ ਬ੍ਰਿਜ ਕੋਰਸ ਜਿਹੜਾ ਹੈ ਇਹ ਬੱਚੇ ਜਿਹੜੇ ਸਮਝੋ ਪਿਛਲੀਆਂ ਜਿਨੇ ਕਲਾਸਾਂ 'ਚ ਜਿਨੇ ਪੜ੍ਹਾਈ ਕੀਤੀ ਆਨਲਾਈਨ ਪੜ੍ਹਾਈ ਕੀਤੀ ਦੀ ਹੈ ਤੇ ਉਹ ਅਗਲੀ ਕਲਾਸਾਂ 'ਚ ਲੱਗੀਗੇ ਦਿਨ ਉਹਦਾ ਇਹ ਮੁਆਇਨਾ ਕੀਤਾ ਜਾ ਕਿ ਉਹ ਕਿਹੜੇ ਸਬਜੈਕਟ 'ਚ ਕਮਜ਼ੋਰ ਰਹਿਣ ਜੀਆਂ ਇੱਕ ਚੌਥੀ ਜਾਂ ਪੰਜਵੀਂ ਜਮਾਤਾਂ ਦਾ ਕੋਈ ਬੱਚਾ ਹੈ ਤੇ ਉਹ ਮੈਥ ਵਿੱਚ ਅਗਰ ਉਹ ਕਮਜ਼ੋਰ ਹੈ ਤੇ ਉਸੀ ਅਗਲੀ ਜਿਹੜਾ ਉਹ ਜਮਾਤਾਂ ਚ ਪੁੱਜੇ ਦਾ ਹੈ ਤੇ ਉਸ ਦੀ ਇਸ ਬ੍ਰਿਜ ਕੋਰਸ ਦਾ ਤੈਅ ਤਗਿਆ ਉਸ ਦੀ ਉਸ ਚ ਮਿੰਤ ਕਰਵਾਈ ਜਾਗ ਤਾਂ ਕਿ ਇਹ ਜਿਹੜਾ ਪੜਾਈ ਚ ਜਿਸ ਸਬਜੈਕਟ ਚ ਉਹ ਕਮਜ਼ੋਰ ਰਹੇ ਦਾ ਹੈ ਤੇ ਉਸ ਸਬਜੈਕਟ ਚ ਉਸੀ ਪੜਾਇਆ ਜਾ ਤਾਂ ਕਿ ਉਹਦੀ ਜਿਹੜੀ ਪੜਾਈ ਦੀ ਕਮਜ਼ੋਰੀ ਹੈ ਉਸ ਕੀ ਦੂਰ ਕੀਤਾ ਜਾ ਔਰ ਇਹ ਜਿਹੜਾ ਬ੍ਰਿਜ ਕੋਰਸ ਹੈ ਇਹ ਦੋ ਮਹੀਨੇ ਦਾ ਇੱਕ ਕੋਰਸ ਹੈ ਇਹ ਪੜਾਈ ਦੇ ਕਿੰਨੇ-ਕਿੰਨੇ ਗਏ ਇਹ ਕੋਰਸ ਵੀ ਨਹੀਂ ਗੀ ਕਰਵਾਇਆ ਜਾਗ ਤਾਂ ਕਿ ਬੱਚੇ ਦੀ ਜਿਹੜੀ ਪੜਾਈ ਜਿਹੜੀ ਪ੍ਰਭਾਵਿਤ ਹੋਈ ਹੈ ਉਸ ਦੀ ਪਰਭਾਈ ਹੋਈ ਸਕੇ ਜੀਆਂ ਕਿ ਤੋ ਜਾਣਦੇ ਗਾਓ ਭਈ ਜਿਹੜੀ ਇਹ ਦੋ ਸ਼ਿਫਟਾਂ 'ਚ ਜਿੱਥੇ ਦੇ ਬੱਚੇ ਦੀ ਤਦਾਦ ਬੜੀ ਮਤੀ ਹੈ ਉੱਥੇ ਇਹ ਦੋ ਸ਼ਿਫਟਾਂ 'ਚ ਇਹ ਜਿਹੜਾ ਕੋਰਸ ਹੈ ਇਹ ਕਰਵਾਇਆ ਜਾਗ ਪਹਿਲੀ ਸ਼ਿਫਟ ਜਿਹੜੀ ਹੈ ਉਹ 9 ਵਜੇ ਜਿਹੜੀ ਬਦਲ ਹੈ ਉਹ ਸ਼ੁਰੂ ਹੋਊਗਾ ਔਰ ਸਾਢੇ 12 ਵਜੇ ਤੱਕ ਨੌ ਵਜੇ ਸ਼ੁਰੂ ਹੋਊਗਾ ਤੇ ਡੇਢ ਵਜੇ ਤੱਕ ਰੋਗ ਤੇ ਦੂਈ ਸ਼ਿਫਟ ਜਿਹੜੀ ਹੈ ਉਹ ਸਾਢੇ 12 ਦਾ ਲਈ ਹੈ ਤੇ 4 ਵਜੇ ਤੱਕ ਮੈਂ ਇਹ ਜਿਹੜੀ ਸ਼ਿਫਟ ਹੈ ਇਹ ਲਗਾ ਕਰੂਗ ਔਰ ਇਸੇ ਸ਼ਿਫਟ ਦੇ ਦੌਰਾਨ ਇਹ ਜਿਹੜੇ ਬੱਚੇਂ ਗੀ ਹੈ ਕਮਜ਼ੋਰ ਜਿਸ ਵੀ ਸਬਜੈਕਟ ਚੋਂ ਉਹਨਾਂ ਉਸੇ ਚੁਣੇਗੀ ਮਿਹਨਤ ਕਰਵਾਈ ਜਾ ਡਾਇਰੈਕਟਰ ਸਕੂਲ ਐਜੂਕੇਸ਼ਨ ਜੰਮੂ ਡਾਕਟਰ ਰਵੀ ਸ਼ੰਕਰ ਸ਼ਰਮਾ ਦਾ ਆਖਣਾ ਹੈ ਕਿ ਪਹਿਲਾ ਬੱਚੇ ਦਾ ਮੁਆਇਨਾ ਕੀਤਾ ਜਾਗ ਜਿਹੜੇ ਨਿੱਕੀਆਂ ਕਲਾਸਾਂ ਦੇ ਬੱਚੇ ਨੇ ਭਈ ਕਿਹੜੇ-ਕਿਹੜੇ ਸਬਜੈਕਟ 'ਚ ਉਹ ਕਮਜ਼ੋਰ ਨੇ ਤੇ ਭੀ ਉਸੇ ਸਬਜੈਕਟ 'ਚ ਜਿਸ ਵੇੜੇ ਉਹ ਅਗਲੀ ਜਮਾਤਾਂ 'ਚ ਜਿਹੜੇ ਪੁੱਜੇ ਦੇਣ ਉਸੇ ਸਬਜੈਕਟ 'ਚ ਉਹਨੇ ਕੀ ਮਿਹਨਤ ਕਰਵਾਈ ਜਾਗ ਤਾਂ ਕਿ ਉਹਨੇ ਕੀ ਉਸ ਸਬਜੈਕਟਾਂ 'ਚ ਪੂਰੀ ਚਾਲੀ ਕਰਨਾ ਪੜਾਇਆ ਜਾイ ਸਕੇ ਔਰ ਜਿਹੜੀ ਹੁੰਦੀ ਉਸ ਸਬਜੈਕਟ ਜੇ ਉਹਨੇ ਕੀ ਕਮਜ਼ੋਰੀ ਲੱਭ ਕਰਦੀ ਹੈ ਔਸਗੀ ਦੂਰ ਕੀਤਾ ਜਾ ਸਕਿਆ ਹਰ ਮਾਪਿਓ ਦੀ ਇਹ ਸ਼ਿਕਾਇਤ ਹੀ ਜਾਂ ਉਹਨੇ ਕੀ ਇਹ ਮਹਿਸੂਸ ਹੋ ਰਹਾ ਕਿ ਆਨਲਾਈਨ ਪੜ੍ਹਾਈ ਜਾਂ ਆਨਲਾਈਨ ਪੇਪਰ ਦੇਣੇ ਉਪਰ ਉਹਦੇ ਬੱਚੇ ਜਿਹੜੇ ਨੇ ਉਹ ਕਮਜ਼ੋਰ ਜਿਹੜੇ ਨੇ ਉਹ ਲੱਭਾ ਕਰਦੇ ਔਰ ਇਹ ਸਾਰੇ ਜੇ ਮਨਾਂ ਵਿੱਚ ਇਹ ਧਾਰਨਾ ਹੀ ਕਿ ਬੱਚੇ ਦੀ ਪੜ੍ਹਾਈ ਜਿਹੜੀ ਹੈ ਉਹ ਬੜੀ ਮਤੀ ਪ੍ਰਭਾਵਿਤ ਹੋਇਆ ਅਰ ਬਖੀ ਇਹ ਸੁਨੋਚਾ ਕਰਦਾ ਔਰ ਸਿੱਖਿਆ ਮਹਿਕਮਨ ਹੈ ਇਸੇ ਕੀ ਧਿਆਨ ਰੱਖਦੇ ਹੋਈ ਇਹ ਬ੍ਰਿਜ ਨਾਮ ਦਾ ਜਿਹੜਾ 2 ਮਹੀਨੇ ਦਾ ਕੋਰਸ ਹੈ ਇਹ ਸ਼ੁਰੂ ਕੀਤਾ ਹੈ ਤਾਂ ਕਿ ਨੀ ਇਹ ਜਮਾਤਾਂ 'ਚ ਪੜ੍ਹਨੇ ਵਾਲੇ ਬੱਚੇ ਦੀ ਜਿਹੜੀ ਪੜ੍ਹਾਈ ਜਿਹੜੀ ਪ੍ਰਭਾਵਿਤ ਹੋਈ ਹੈ ਉਸ ਦੀ ਪਰਪਾਈ ਇਸ ਮਾਧਿਅਮ ਕਨਾਂ ਕੀਤੀ ਜਾ